ਵਾਲੀ ਪੰਜਾਬੀ ਫਿਲਮ ਜੀਵੇ ਸੋਹਣਿਆ ਜੀ ਦਾ ਟਾਈਟਲ ਟਰੈਕ ਹੋਇਆ ਰਿਲੀਜ਼। ਜੀ ਹਾਂ, ਹਾਲ ਹੀ ਦੇ ਵਿੱਚ ਇਸ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਿਆ। ਫਿਲਮ ਦੇ ਟ੍ਰੇਲਰ ਤੋਂ ਬਾਅਦ ਦਰਸ਼ਕਾਂ ਨੂੰ ਇੰਤਜ਼ਾਰ ਸੀ ਇਸ ਫਿਲਮ ਦੇ ਟਾਈਟਲ ਟਰੈਕ ਦਾ, ਜੋ ਕਿ ਹਾਲ ਹੀ ਦੇ ਵਿੱਚ ਹੋ ਚੁੱਕਿਆ ਹੈ ਰਿਲੀਜ਼। ਗੱਲ ਦੱਸਦੀ ਕਿ ਇਸ ਦਾ ਟਾਈਟਲ ਟਰੈਕ ਹੁਣ ਰਿਲੀਜ਼ ਹੋ ਗਿਆ ਹੈ ਤੇ ਜਿਸ ਨੂੰ ਆਵਾਜ਼ ਦਿੱਤੀ ਹੈ ਵਨ ਐਂਡ ਓਨਲੀ ਆਤਿਫ ਅਸਲਮ ਨੇ। ਆਤਿਫ ਅਸਲਮ ਦੀ ਆਵਾਜ਼ ਦੇ ਵਿੱਚ ਗਾਇਆ ਇਹ ਗੀਤ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਿਹਾ। ਵੈਲ, ਹਾਲ ਹੀ ਦੇ ਵਿੱਚ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ UNI ਫਿਲਮਸ ਦੇ ਆਫੀਸ਼ੀਅਲ ਯੂਟਿਊਬ ਚੈਨਲ ਦੇ ਉੱਤੇ ਤੇ ਕੁਝ ਮਿੰਟਾਂ ਵਿੱਚ ਹੀ ਇਸ ਗੀਤ ਨੂੰ ਲੱਖਾਂ ਹੀ ਵਿਊਜ਼ ਆ ਚੁੱਕੇ ਨੇ ਤੇ ਇਸ ਗੀਤ ਨੂੰ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ। ਵੈਲ, ਇਸ ਗੀਤ ਨੂੰ ਫਿਲਮਾਇਆ ਗਿਆ ਫਿਲਮ ਦੇ ਲੀਡ ਕਪਲ ਸਿੰਮੀ ਚਾਹਲ ਤੇ ਇਮਰਾਨ ਅਬਾਸ ਤੇ। ਇਮਰਾਨ ਅਬਾਸ ਤੇ ਸਿੰਮੀ ਚਾਹਲ ਤੇ ਫਿਲਮਾਇਆ ਗਿਆ ਇਹ ਗੀਤ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਿਹਾ, ਜਿਸ ਨੂੰ ਆਵਾਜ਼ ਦਿੱਤੀ ਹੈ ਆਤਿਫ ਅਸਲਮ ਨੇ। ਇਸ ਗੀਤ ਦੇ ਮਿਊਜ਼ਿਕ ਦੀ ਗੱਲ ਕਰੀਏ ਤੇ ਮਿਊਜ਼ਿਕ ਡਾਇਰੈਕਟਰ ਨੇ ਸਨੀ ਵਿਕ ਤੇ ਇਸ ਗੀਤ ਦੇ ਲਿਰਿਕਸ ਨੂੰ ਰਾਜ ਫਤਿਹਪੁਰ ਦੇ ਵੱਲੋਂ ਲਿਖਿਆ ਗਿਆ। ਕੰਪੋਜੀਸ਼ਨ ਦਾ ਕ੍ਰੈਡਿਟ ਜਾਂਦਾ ਹੈ ਵਿਕਾਸ ਮਾਨ ਨੂੰ। ਵੈਲ, ਇਸ ਗੀਤ ਨੂੰ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ। ਹਾਲ ਹੀ ਦੇ ਵਿੱਚ ਜੀਵੇ ਸੋਹਣਿਆ ਜੀ ਦਾ ਟ੍ਰੇਲਰ ਵੀ ਰਿਲੀਜ਼ ਹੋਇਆ UNI ਫਿਲਮਸ ਦੇ ਆਫੀਸ਼ੀਅਲ ਯੂਟਿਊਬ ਚੈਨਲ ਦੇ ਉੱਤੇ ਤੇ ਇਸ ਟ੍ਰੇਲਰ ਨੂੰ ਵੀ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ। ਇਸ ਟ੍ਰੇਲਰ ਨੂੰ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਿਆਰ ਦਿੱਤਾ ਗਿਆ ਤੇ ਫਿਲਮ ਦੇ ਲਈ ਆਪਣੀ ਐਕਸਾਈਟਮੈਂਟ ਵੀ ਜ਼ਾਹਿਰ ਕੀਤੀ ਗਈ। ਤੇ ਉੱਥੇ ਹੀ ਜੇਕਰ ਜੀਵੇ ਸੋਹਣਿਆ ਜੀ ਫਿਲਮ ਦੀ ਗੱਲ ਕਰੀਏ ਤੇ ਇਸ ਫਿਲਮ ਦੇ ਵਿੱਚ ਸਾਨੂੰ ਸਿੰਮੀ ਚਾਹਲ ਤੇ ਇਮਰਾਨ ਅਬਾਸ ਦੀ ਜੋੜੀ ਮੇਨ ਲੀਡ ਪਲੇ ਕਰਦੀ ਹੋਈ ਨਜ਼ਰ ਆਵੇਗੀ ਤੇ ਨਾਲ ਹੀ ਇਹਨਾਂ ਦਾ ਸਾਥ ਨਿਭਾਉਣਗੇ ਮਿੰਟੂ ਕਾਪਾ, ਉਦਾਇਆ ਵਕਤੀ, ਬਰਿਆਨ ਸ਼ਾਹ, ਅਮਨ ਬਲ ਤੇ ਸਵਰਾਜ ਸੰਧੂ। ਇਸ ਫਿਲਮ ਦੀ ਕਹਾਣੀ ਨੂੰ ਥਾਪਰ ਦੇ ਵੱਲੋਂ ਲਿਖਿਆ ਗਿਆ ਹੈ ਤੇ ਇਸ ਫਿਲਮ ਦੀ ਡਾਇਰੈਕਸ਼ਨ ਦਾ ਕ੍ਰੈਡਿਟ ਵੀ ਥਾਪਰ ਨੂੰ ਹੀ ਜਾਂਦਾ ਹੈ। ਦੱਸ ਦਈਏ ਕਿ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਸਨੀ ਰਾਜ, ਵਰੁਣ ਅਰੋੜਾ, ਅਮਿਤ ਜਨੇਜਾ ਤੇ ਪ੍ਰਭਜੋਤ ਸਿੱਧੂ ਨੇ। DOP ਨੇ ਹਰਪ੍ਰੀਤ। ਇਸ ਗੀਤ ਦੇ ਮਿਊਜ਼ਿਕ ਨੂੰ ਬਣਾਇਆ ਹੈ ਸਨੀ ਵਿਕ ਤੇ NV ਨੇ। ਲਿਰਿਕਸ ਦਾ ਕ੍ਰੈਡਿਟ ਜਾਂਦਾ ਹੈ ਖਾਰਾ, ਰਾਜ ਫਤਿਹਪੁਰ ਤੇ ਦਿਲਵਾਲਾ ਨੂੰ। ਸਿੰਗਰਸ ਨੇ ਆਤਿਫ ਅਸਲਮ, ਅਫਸਾਨਾ ਖਾਨ, ਵਿਕਾਸ ਮਾਨ ਤੇ ਨਵਦੀਪ ਧਾਲੀਵਾਲ। ਇਸ ਮਿਊਜ਼ਿਕ ਨੂੰ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾਵੇਗਾ, ਜਿਵੇਂ ਕਿ ਅਸੀਂ ਕ੍ਰੈਡਿਟਸ ਨੂੰ ਦੇਖ ਸਕਦੇ ਹਾਂ ਤੇ ਟਾਈਟਲ ਟਰੈਕ ਨੂੰ ਵੀ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ। ਸੋ ਜੇਕਰ ਹਾਲੇ ਤੱਕ ਤੁਸੀਂ ਇਸ ਫਿਲਮ ਦਾ ਟਾਈਟਲ ਟਰੈਕ ਨਹੀਂ ਸੁਣਿਆ ਤੇ ਜ਼ਰੂਰ ਸੁਣੋ UNI ਮਿਊਜ਼ਿਕ ਦੇ ਆਫੀਸ਼ੀਅਲ ਯੂਟਿਊਬ ਚੈਨਲ ਤੇ ਜਾ ਕੇ ਤੇ ਇਹ ਜ਼ਰੂਰ ਦੱਸਣਾ ਕਿ ਤੁਹਾਨੂੰ ਇਸ ਫਿਲਮ ਦਾ ਟ੍ਰੇਲਰ ਕਿਹੋ ਜਿਹਾ ਲੱਗਿਆ। ਤੇ ਜੇਕਰ ਹਾਲੇ ਤੱਕ ਟ੍ਰੇਲਰ ਵੀ ਨਹੀਂ ਦੇਖਿਆ ਤੇ ਜ਼ਰੂਰ ਵੇਖੋ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਟ੍ਰੇਲਰ ਦੇ ਬਾਰੇ ਤੁਹਾਡੇ ਕੀ ਰਿਵਿਊਜ਼ ਨੇ। ਫਿਲਮ ਨੂੰ ਵੇਖਣ ਲਈ ਕਿੰਨੇ ਐਕਸਾਈਟਡ ਹੋ ਇਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ। ਫਿਲਮ ਦੀ ਪਰਟੀਕੁਲਰ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਫਿਲਮ 16 ਫਰਵਰੀ 2024 ਯਾਨੀ ਕਿ ਅਗਲੇ ਮਹੀਨੇ 16 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕੀ ਕਹਿਣਾ ਹੈ ਤੁਹਾਡਾ, ਕਮੈਂਟ ਕਰਕੇ ਜ਼ਰੂਰ ਦੱਸੋ। ਕਿੰਨੇ ਐਕਸਾਈਟਡ ਹੋ ਫਿਲਮ ਨੂੰ ਵੇਖਣ ਲਈ, ਕਮੈਂਟ ਕਰਕੇ ਦੱਸਣਾ ਬਿਲਕੁਲ ਨਾ ਭੁੱਲਣਾ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਹਨਾਂ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।